ਇੱਕ ਇਨੋਵਾ ਕਾਰ ਸਵਾਰ ਦੇ ਵੱਲੋਂ ਬਾਈਕ ਸਵਾਰ ਦੇ ਉੱਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ ਬਾਈਕ ਸਵਾਰ ਦੇ ਨਾਲ ਬੈਠਾ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਇਨੋਵਾ ਕਾਰ ਸਵਾਰਾਂ ਨੂੰ ਬਾਈਕ ਵਾਲਿਆਂ ਵੱਲੋਂ ਓਵਰਟੇਕ ਕੀਤਾ ਗਿਆ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੇ ਵਿਚਕਾਰ ਬਹਿਸ ਹੋ ਜਾਂਦੀ ਹੈ ਤੇ ਬਹਿਸ ਇਸ ਕਦਰ ਵੱਧ ਜਾਂਦੀ ਹੈ ਕਿ ਇਨੋਵਾ ਗੱਡੀ ਦੇ ਵਿੱਚ ਬੈਠਾ ਇੱਕ ਸ਼ਖਸ ਸਿੱਧੀ ਹੀ ਗੋਲੀ ਜੋ ਹੈ ਉਹ ਬਾਈਕ ਸਵਾਰ ਦੇ ਮਾਰ ਦਿੰਦਾ, ਜੋ ਕਿ ਬਾਈਕ ਸਵਾਰ ਤਾਂ ਬਚ ਜਾਂਦਾ ਪਰ ਜੋ ਉਸਦੇ ਨਾਲ ਬੈਠਾ ਹੁੰਦਾ ਸ਼ਖਸ ਹੈ ਉਸਦੇ ਗੋਲੀ ਸਿੱਧੀ ਜਾ ਕੇ ਲੱਗਦੀ ਹੈ, ਜਿਸ ਦੇ ਕਾਰਨ ਉਹ ਗੰਭੀਰ ਜ਼ਖਮੀ ਹੋਇਆ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ, ਪਟਿਆਲਾ ਸਰਹੰਦ ਰੋਡ ਦੇ ਉੱਤੇ ਦੱਸਿਆ ਜਾ ਰਿਹਾ ਕਿ ਇਹ ਗੋਲੀ ਚੱਲੀ ਹੈ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਮੌਕੇ ਦੇ ਉੱਤੇ ਪਹੁੰਚੇ ਨੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਪਟਿਆਲਾ ਦੇ ਵਿੱਚ ਸ਼ਰੇਆਮ ਗੋਲੀ ਚੱਲਣ ਦਾ ਇਹ ਮਾਮਲਾ ਸਾਹਮਣੇ ਆਇਆ। ਮਾਮੂਲੀ ਗੱਲ ਨੂੰ ਲੈ ਕੇ ਇਨੋਵਾ ਕਾਰ ਸਵਾਰ ਇੱਕ ਸ਼ਖਸ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਸਿੱਧਾ ਹੀ ਬਾਈਕ ਸਵਾਰ ਦੇ ਗੋਲੀ ਮਾਰੀ ਗਈ। ਹਾਲਾਂਕਿ ਬਾਈਕ ਨੂੰ ਜੋ ਚਲਾ ਰਿਹਾ ਸੀ ਸ਼ਖਸ ਉਹ ਬਚ ਜਾਂਦਾ ਹੈ ਪਰ ਜੋ ਉਸਦੇ ਨਾਲ ਬੈਠਾ ਹੁੰਦਾ ਉਸਦੇ ਇਹ ਗੋਲੀ ਜਾ ਕੇ ਲੱਗਦੀ ਹੈ, ਜਿਸ ਦੇ ਵਿੱਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਹੈ। ਫਿਲਹਾਲ ਪੁਲਿਸ ਦੇ ਵੱਲੋਂ ਪਤਾ ਕੀਤਾ ਜਾ ਰਿਹਾ ਕਿ ਆਖਰ ਇਹਨਾਂ ਦੋਵਾਂ ਦੇ ਵਿਚਕਾਰ ਗੱਲ ਕਿਹੜੀ ਹੋਈ ਸੀ ਕਿ ਗੋਲੀ ਤੱਕ ਚੱਲਣ ਦੀ ਨੌਬਤ ਆ ਜਾਂਦੀ ਹੈ ਤੇ ਮੌਕੇ ਦੇ ਉੱਤੇ ਹੁਣ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਆਲੇ ਦੁਆਲੇ ਲੱਗੀ ਸੀਸੀਟੀਵੀ ਫੁਟੇਜ ਨੂੰ ਵੀ ਜਾਂਚਿਆ ਜਾ ਰਿਹਾ ਹੈ ਕਿ ਆਖਰ ਇਹਨਾਂ ਦੀ ਬਹਿਸ ਹੋਈ ਕਿਉਂ ਹੈ, ਕੀ ਕੋਈ ਹਲਕੀ ਜਿਹੀ ਟੱਕਰ ਹੋਈ ਹੈ ਕਿਸੇ ਵਾਹਨ ਦੀ ਤਾਂ ਕਰਕੇ ਕਾਰ ਸਵਾਰ ਗੁੱਸੇ ਦੇ ਵਿੱਚ ਆਏ ਜਾਂ ਫਿਰ ਬਾਈਕ ਸਵਾਰਾਂ ਦੇ ਵੱਲੋਂ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਇਹਨਾਂ ਗੱਲਾਂ ਦਾ ਪਤਾ ਲਗਾਉਣ ਦੇ ਲਈ ਹੁਣ ਪੁਲਿਸ ਦੇ ਵੱਲੋਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਇੱਕ ਇਨੋਵਾ ਕਾਰ ਸਵਾਰ ਦੇ ਵੱਲੋਂ ਬਾਈਕ ਸਵਾਰ ਦੇ ਉੱਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ ਬਾਈਕ ਸਵਾਰ ਦੇ ਨਾਲ ਬੈਠਾ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਇਨੋਵਾ ਕਾਰ ਸਵਾਰਾਂ ਨੂੰ ਬਾਈਕ ਵਾਲਿਆਂ ਵੱਲੋਂ ਓਵਰਟੇਕ ਕੀਤਾ ਗਿਆ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੇ ਵਿਚਕਾਰ ਬਹਿਸ ਹੋ ਜਾਂਦੀ ਹੈ ਤੇ ਬਹਿਸ ਇਸ ਕਦਰ ਵੱਧ ਜਾਂਦੀ ਹੈ ਕਿ ਇਨੋਵਾ ਗੱਡੀ ਦੇ ਵਿੱਚ ਬੈਠਾ ਇੱਕ ਸ਼ਖਸ ਸਿੱਧੀ ਹੀ ਗੋਲੀ ਜੋ ਹੈ ਉਹ ਬਾਈਕ ਸਵਾਰ ਦੇ ਮਾਰ ਦਿੰਦਾ, ਜੋ ਕਿ ਬਾਈਕ ਸਵਾਰ ਤਾਂ ਬਚ ਜਾਂਦਾ ਪਰ ਜੋ ਉਸਦੇ ਨਾਲ ਬੈਠਾ ਹੁੰਦਾ ਸ਼ਖਸ ਹੈ ਉਸਦੇ ਗੋਲੀ ਸਿੱਧੀ ਜਾ ਕੇ ਲੱਗਦੀ ਹੈ, ਜਿਸ ਦੇ ਕਾਰਨ ਉਹ ਗੰਭੀਰ ਜ਼ਖਮੀ ਹੋਇਆ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ, ਪਟਿਆਲਾ ਸਰਹੰਦ ਰੋਡ ਦੇ ਉੱਤੇ ਦੱਸਿਆ ਜਾ ਰਿਹਾ ਕਿ ਇਹ ਗੋਲੀ ਚੱਲੀ ਹੈ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਮੌਕੇ ਦੇ ਉੱਤੇ ਪਹੁੰਚੇ ਨੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਪਟਿਆਲਾ ਦੇ ਵਿੱਚ ਸ਼ਰੇਆਮ ਗੋਲੀ ਚੱਲਣ ਦਾ ਇਹ ਮਾਮਲਾ ਸਾਹਮਣੇ ਆਇਆ। ਮਾਮੂਲੀ ਗੱਲ ਨੂੰ ਲੈ ਕੇ ਇਨੋਵਾ ਕਾਰ ਸਵਾਰ ਇੱਕ ਸ਼ਖਸ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਸਿੱਧਾ ਹੀ ਬਾਈਕ ਸਵਾਰ ਦੇ ਗੋਲੀ ਮਾਰੀ ਗਈ। ਹਾਲਾਂਕਿ ਬਾਈਕ ਨੂੰ ਜੋ ਚਲਾ ਰਿਹਾ ਸੀ ਸ਼ਖਸ ਉਹ ਬਚ ਜਾਂਦਾ ਹੈ ਪਰ ਜੋ ਉਸਦੇ ਨਾਲ ਬੈਠਾ ਹੁੰਦਾ ਉਸਦੇ ਇਹ ਗੋਲੀ ਜਾ ਕੇ ਲੱਗਦੀ ਹੈ, ਜਿਸ ਦੇ ਵਿੱਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਹੈ। ਫਿਲਹਾਲ ਪੁਲਿਸ ਦੇ ਵੱਲੋਂ ਪਤਾ ਕੀਤਾ ਜਾ ਰਿਹਾ ਹੈ ਕਿ ਆਖਰ ਇਹਨਾਂ ਦੋਵਾਂ ਦੇ ਵਿਚਕਾਰ ਗੱਲ ਕਿਹੜੀ ਹੋਈ ਸੀ ਕਿ ਗੋਲੀ ਤੱਕ ਚੱਲਣ ਦੀ ਨੌਬਤ ਆ ਜਾਂਦੀ ਹੈ ਤੇ ਮੌਕੇ ਦੇ ਉੱਤੇ ਹੁਣ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਆਲੇ ਦੁਆਲੇ ਲੱਗੀ ਸੀਸੀਟੀਵੀ ਫੁਟੇਜ ਨੂੰ ਵੀ ਜਾਂਚਿਆ ਜਾ ਰਿਹਾ ਹੈ ਕਿ ਆਖਰ ਇਹਨਾਂ ਦੀ ਬਹਿਸ ਹੋਈ ਕਿਉਂ ਹੈ, ਕੀ ਕੋਈ ਹਲਕੀ ਜਿਹੀ ਟੱਕਰ ਹੋਈ ਹੈ ਕਿਸੇ ਵਾਹਨ ਦੀ ਤਾਂ ਕਰਕੇ ਕਾਰ ਸਵਾਰ ਗੁੱਸੇ ਦੇ ਵਿੱਚ ਆਏ ਜਾਂ ਫਿਰ ਬਾਈਕ ਸਵਾਰਾਂ ਦੇ ਵੱਲੋਂ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਇਹਨਾਂ ਗੱਲਾਂ ਦਾ ਪਤਾ ਲਗਾਉਣ ਦੇ ਲਈ ਹੁਣ ਪੁਲਿਸ ਦੇ ਵੱਲੋਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।